ਭਾਰਤ ਅਤੇ ਪਾਕਿਸਤਾਨ ਦੇ ਲੋਕ ਅਮਨ ਸ਼ਾਂਤੀ ਦੇ ਪੁਜਾਰੀ ਹਨ ਪਰ ਕੁਝ ਤਾਕਤਾਂ ਦੋਵੇਂ ਦੇਸ਼ਾਂ ਅੰਦਰ ਅਜਿਹਾ ਮਾਹੌਲ ਪੈਦਾ ਕਰ ਰਹੀਆਂ ਹਨ ਜਿਸ ਕਾਰਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਤਣਾਅ ਵਧਣਾ ਸੁਭਾਵਿਕ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਾਕਿਸਤਾਨ ਦੇ ਸੈਰ ਸਪਾਟਾ ਵਿਭਾਗ ਦੇ MD ਚੌਧਰੀ ਕਬੀਰ ਅਹਿਮਦ ਖਾਨ ਨੇ ਅਜੀਤ ਦੇ ਮਾਹੌਲੀ ਉਪ ਦਫ਼ਤਰ ਦਾ ਦੌਰਾ ਕਰਨ ਮੌਕੇ ਕੀਤਾ ਉਹਨਾਂ ਅਜੀਤ ਵੈੱਬ TV ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਪਾਕਿਸਤਾਨ 'ਚ ਸੈਰ ਸਪਾਟਾ ਨੂੰ ਉਤਸ਼ਾਹ ਦੇਣ ਦੀ ਵਕਾਲਤ ਕਰਦਿਆਂ ਭਾਰਤ ਪਾਕਿਸਤਾਨ ਸੀਮਾ 'ਤੇ ਹੁੰਦੀ ਗੋਲੀਬਾਰੀ ਕਾਰਨ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੁੰਦੀ ਹੈ ਅਤੇ ਜੇਕਰ ਭਾਰਤ ਪਾਕਿਸਤਾਨ ਲੜਾਈ ਦੇ ਮਾਹੌਲ ਨੂੰ ਸਦਾ ਲਈ ਖਤਮ ਕਰਕੇ ਰੱਖਿਆ 'ਤੇ ਖਰਚ ਹੋਣ ਵਾਲਾ ਪੈਸਾ ਲੋਕ ਭਲਾਈ 'ਤੇ ਖਰਚ ਕਰਨ ਨਾਲ ਦੋਵਾਂ ਦੇਸ਼ਾਂ 'ਚ ਖੁਸ਼ਹਾਲੀ ਅਤੇ ਤੇਜ਼ੀ ਨਾਲ ਵਿਕਾਸ ਹੋਵੇਗਾ ਮੇਰਾ ਤਾਂ ਮਕਸਦ ਸੀ ਬੇਸਿਕਲੀ ਪਾਕਿਸਤਾਨ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦਾ ਮੈਂ MD ਹਾਂ ਔਰ ਜਿਹੜੀ ਬੱਸ ਚੱਲਦੀ ਹੈ ਲਾਹੌਰ ਅੰਮ੍ਰਿਤਸਰ ਉਹਦੇ ਦਰਮਿਆਨ ਕੁਛ ਮਾਮਲਾਤ ਸਨ ਨੰਬਰ 2 ਟੂਰਿਜ਼ਮ ਦੇ ਬਾਰੇ 'ਚ ਗੱਲ ਕਰਨੀ ਸੀ ਮਿਨਿਸਟਰ ਸਾਹਿਬ ਟੂਰਿਜ਼ਮ ਨਾਲ ਮੁਲਾਕਾਤ ਸੀ ਉਹ ਕੁਛ ਨਵੇਂ ਪ੍ਰਪੋਜ਼ਲ ਆਈਂਦਾ ਵਾਸਤੇ ਡਿਸਕਸ ਕਰਨੀਆਂ ਸਨ ਉਹਦੇ ਵਾਸਤੇ ਮੈਂ ਆਇਆ ਇੰਡੀਆ ਅਤੇ ਮੇਰਾ ਕੋਈ 8ਵੀਂ 7ਵੀਂ ਵਿਜ਼ਿਟ ਹੈ ਲੇਕਿਨ ਐਜ਼ MD TTDC ਮੇਰੀ ਦੂਸਰੀ ਵਿਜ਼ਿਟ ਹੈ ਪਿਛਲੇ ਸਾਲ ਸਪਟੰਬਰ 'ਚ ਆਇਆ ਸਾਨੂੰ ਨਿਊ ਦਿੱਲੀ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਨਾਲ ਨੈਗੋਸੀਏਸ਼ਨ ਕਰਨੀ ਸੀ ਔਰ ਹੁਣ ਇਹਨਾਂ ਨਾਲ ਕਰਨ ਵਾਸਤੇ ਚੰਡੀਗੜ੍ਹ ਆਇਆ ਤੁਹਾਨੂੰ ਪਾਕਿਸਤਾਨ ਔਰ ਭਾਰਤ ਦਾ ਜਿਹੜਾ ਤੁਸੀਂ ਇੱਥੇ ਆਏ ਹੋ ਚੰਡੀਗੜ੍ਹ ਨੂੰ ਮਾਲੀ ਇੱਥੇ ਤੁਹਾਨੂੰ ਕੀ ਫਰਕ ਲੱਗਿਆ ਡਿਵੈਲਪਮੈਂਟ ਵਾਈਜ਼ ਡਿਵੈਲਪਮੈਂਟ ਦੋਨੋਂ ਤਰਫ ਅੱਛੀ ਹੈ ਔਰ ਜਦ ਵੀ ਮੈਂ ਆਉਂਦਾ ਤਾਂ ਇੰਪਰੂਵਮੈਂਟ ਦੇਖਣਾ ਇੱਥੇ ਵੀ ਲੇਕਿਨ ਹੁਣ ਪਾਕਿਸਤਾਨ 'ਚ ਡਿਵੈਲਪਮੈਂਟ ਦੀ ਰਫ਼ਤਾਰ ਪਹਿਲੇ ਨਾਲੋਂ ਬਹੁਤ ਜ਼ਿਆਦਾ ਤੇਜ਼ ਅਗਰ ਤੁਸੀਂ ਲਾਹੌਰ 1 ਸਾਲ ਪਹਿਲੇ ਦੇਖਿਆ ਹੋਵੇ ਔਰ ਹੁਣ ਦੇਖੋ ਤਾਂ ਤੁਹਾਨੂੰ ਉੱਥੇ ਬਹੁਤ ਚੇਂਜ ਮਹਿਸੂਸ ਹੋਏਗੀ ਲਾਹੌਰ ਪਾਕਿਸਤਾਨ 'ਚ ਇਹ ਗੌਰਮੈਂਟ ਜਿਹੜੀ ਮੌਜੂਦਾ ਗੌਰਮੈਂਟ ਹੈ ਇਹ ਬਹੁਤ ਜ਼ਿਆਦਾ ਉਹਨਾਂ ਦਾ ਕਲੇਮ ਹੀ ਹੈ ਕਿ ਅਸੀਂ ਡਿਵੈਲਪਮੈਂਟ ਦੇ ਥਰੂ ਲੋਕਾਂ ਦੀ ਹਾਲਤ ਬਿਹਤਰ ਕਰਨੀ ਹੈ ਉਹਦੇ ਵਾਸਤੇ ਕੰਮ ਕਰਦੇ ਲਾਹੌਰ ਬਿਲਕੁਲ ਚੇਂਜ ਹੋ ਗਿਆ ਇਸੇ ਤਰ੍ਹਾਂ ਜਿੰਨੇ ਸਾਡੇ ਵੱਡੇ ਸ਼ਹਿਰ ਨੇ ਗੁਜਰਾਂਵਾਲਾ ਇਸਲਾਮਾਬਾਦ ਰਾਵਲਪਿੰਡੀ ਮੁਲਤਾਨ ਫੈਸਲਾਬਾਦ ਈਵਨ ਕਰਾਚੀ ਉੱਥੇ ਡਿਵੈਲਪਮੈਂਟ ਦੇ ਬਹੁਤ ਸਾਰੇ ਕੰਮ ਹੋ ਰਹੇ ਔਰ ਬੜੀ ਤੇਜ਼ੀ ਨਾਲ ਹੋ ਰਹੇ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੈ ਕਿ ਵੱਡੇ ਤੋਂ ਵੱਡੇ ਪ੍ਰੋਜੈਕਟ ਦਾ ਟਾਈਮ ਲਿਮਿਟ ਮੁਕਰ ਹੁੰਦਾ ਹੁਣ ਉੱਥੇ 2 ਕਿਲੋਮੀਟਰ ਦਾ ਓਵਰਹੈਡ ਬ੍ਰਿਜ ਬਣਿਆ 120 ਦਿਨ 'ਚ ਬਣ ਕੇ ਮੁਕੰਮਲ ਹੋ ਕੇ ਉਹਦਾ ਇਨਾਗੋਰੇਸ਼ਨ ਹੋ ਉਸ CM ਸਾਹਿਬ ਇਸ ਤਰ੍ਹਾਂ ਟਾਈਮ ਦਿੰਦੇ ਨੇ ਔਰ ਜਿਹੜੀ ਡੇਟ ਦਿੰਦੇ ਨੇ ਉਸ ਡੇਟ ਨੂੰ ਕੰਪਲੀਟ ਹੋ ਕੇ ਇਨਾਗੋਰੇਟ ਹੋ ਜਾਂਦਾ ਉਸ ਜਿਵੇਂ ਸਾਡਾ ਮੁਲਕ ਜਿਹੜਾ ਹੈ ਉਹ ਅਮਨ ਸ਼ਾਂਤੀ ਦਾ ਜਿਹੜਾ ਹੈ ਪੁਜਾਰੀ ਹੈ ਅਤੇ ਸਦਾ ਹੀ ਅਮਨ ਦੀ ਗੱਲ ਕਰਦਾ ਇਸ ਤਰ੍ਹਾਂ ਹੀ ਤੁਹਾਡੇ ਜਿਹੜੇ ਉੱਥੋਂ ਦੇ ਲੋਕ ਨੇ ਉਹ ਕੀ ਚਾਹੁੰਦੇ ਆ ਕਿਸ ਤਰ੍ਹਾਂ ਅਮਨ ਦੇ ਜਿੱਥੋਂ ਤੱਕ ਆਵਾਮ ਦਾ ਤਾਲੁਕ ਹੈ ਆਵਾਮ ਪਾਕਿਸਤਾਨ ਦੀ ਆਵਾਮ ਵੀ ਉਤਨੀ ਹੀ ਪੀਸ ਲਵਿੰਗ ਹੈ ਔਰ ਅਮਨ ਚਾਹੁੰਦੀ ਹੈ ਜਿਸ ਤਰ੍ਹਾਂ ਤੁਹਾਡੇ ਇੰਡੀਆ ਦੇ ਲੋਕ ਚਾਹੁੰਦੇ ਓਨਾ ਹੀ ਪਿਆਰ ਮੁਹੱਬਤ ਆਵਾਮ 'ਚ ਮਿਲਦਾ ਮੈਨੂੰ ਇੱਥੇ ਆ ਕੇ ਜਿਸ ਤਰ੍ਹਾਂ ਉੱਥੋਂ ਦੇ ਮੈਂ ਸਮਝਦਾ ਕੋਈ ਲੋਕਲ ਹਾਂ ਲੇਕਿਨ ਤੁਹਾਡੇ ਜਿਹੜੀ ਗੌਰਮੈਂਟ ਦੀ ਹੈ ਨਾ ਉਹ ਕੰਟਰਾਡਿਕਟਰੀ ਗੱਲਾਂ ਨੇ ਉਹ ਪਾਕਿਸਤਾਨ ਦੇ ਬਾਰੇ 'ਚ ਅਮਨ ਦੀਆਂ ਗੱਲਾਂ ਘੱਟ ਕਰਦੀ ਅਮਨ ਘੱਟ ਕਰਦੀ ਹੈ ਕਹਿੰਦੀ ਜ਼ਿਆਦਾ ਹੈ ਪ੍ਰੈਕਟੀਕਲੀ ਨਹੀਂ ਕਰਦੀ ਸਾਡੀ ਗੌਰਮੈਂਟ ਪ੍ਰੈਕਟੀਕਲੀ ਚਾਹੁੰਦੀ ਹੈ ਕਿ ਅਮਨ ਕਰੀ ਮੈਂ ਫੀਲ ਕੀਤਾ ਇਹ ਮੇਰਾ ਜ਼ਾਤੀ ਰਾਏ ਜਿਹੜੀ ਬੱਸ ਚੱਲ ਰਹੀ ਹੈ ਪਾਕਿਸਤਾਨ ਦੀ ਉਹਦੇ ਨਾਲ ਕਿਵੇਂ ਸੰਬੰਧਾਂ ਦਾ ਕਿਵੇਂ ਤੁਹਾਨੂੰ ਲੱਗਿਆ ਕੁਛ ਬੱਚੇ ਫਰਕ ਪੈ ਰਿਹਾ ਕੀ ਹੈ ਹਾਂ ਉਹਦੇ ਮੁਸਾਫਰ ਦੀ ਤਾਦਾਦ ਜਿਹੜੀ ਲਾਹੌਰ ਦਿੱਲੀ ਬੱਸ ਸਰਵਿਸ 'ਤੇ ਚੱਲ ਰਹੀ ਨਾ 99 'ਚ ਚੱਲੀ ਸੀ ਜਦੋਂ ਵਾਜਪੇਈ ਸਾਹਿਬ ਗਏ ਸਨ ਪਾਕਿਸਤਾਨ ਉਹ ਕਾਫੀ ਤਾਦਾਦ ਪਾਪੂਲਰ ਹੋਈ ਹੈ ਲੋਕ ਜਾਂਦੇ ਨੇ ਬਹੁਤ ਸਾਰੇ ਔਰ ਫਿਰ ਦੁਬਾਰਾ ਦੂਸਰੀ ਸ਼ੁਰੂ ਕਰ ਦਿੱਤੀ ਅੰਮ੍ਰਿਤਸਰ ਨਨਕਾਣਾ ਲਾਹੌਰ ਵਾਲੀ ਉਹ ਵੀ ਲੇਕਿਨ ਉਹਦੇ 'ਚ ਸਿਵਾਏ ਜਿਹੜੇ ਖਾਸ ਦਿਨ ਨੇ ਜਿਵੇਂ ਕੋਈ ਜਨਮ ਦਿਨ ਹੈ ਕੋਈ ਹੋਰ ਫੰਕਸ਼ਨ ਹੈ ਉਦੋਂ ਤਾਦਾਦ ਜ਼ਿਆਦਾ ਹੁੰਦੀ ਹੈ ਕਿਉਂਕਿ ਨਜ਼ਦੀਕ ਹੈ ਨਾ ਬਹੁਤ ਸਾਰੇ ਲੋਕ ਫਿਰ ਔਨ ਫੁੱਟ ਜਾਣਾ ਪਸੰਦ ਕਰਦੇ ਨੇ ਅਤੇ ਉਹਦੇ 'ਚ ਤਾਦਾਦ ਥੋੜ੍ਹੀ ਘੱਟ ਹੁੰਦੀ ਹੈ ਜੀ ਅਜੀਤ ਅਖਬਾਰ ਬਾਰੇ ਤੁਹਾਡਾ ਕੀ ਵਿਚਾਰ ਹੈ ਮੈਨੂੰ ਇੱਥੇ ਆ ਕੇ ਜੋ ਇਸ ਅਖਬਾਰ ਦੇ ਬਾਰੇ 'ਚ ਪਤਾ ਲੱਗਾ ਹੈ ਕਿ ਇਹ ਪੰਜਾਬੀ ਦਾ ਸਭ ਤੋਂ ਵੱਡਾ ਅਖਬਾਰ ਹੈ ਲੀਡਿੰਗ ਅਖਬਾਰ ਹੈ ਔਰ ਬਹੁਤ ਸਾਰੀ ਦੁਨੀਆਂ 'ਤੇ ਪੜ੍ਹਿਆ ਜਾਂਦਾ ਹੈ ਮੈਂ ਦੇਖ ਕੇ ਦੀ ਕੁਆਲਿਟੀ ਔਫ ਪ੍ਰਿੰਟਿੰਗ ਔਰ ਪਿਕਚਰ ਤਸਵੀਰ ਦੇਖ ਕੇ ਅੰਦਾਜ਼ਾ ਹੋਇਆ ਕਿ ਸਟੈਂਡਰਡ ਦਾ ਅਖਬਾਰ ਹੈ ਔਰ ਬਹੁਤ ਅੱਛੀ ਕੁਆਲਿਟੀ ਔਰ ਮੈਂ ਦੁਆ ਕਰਦਾ ਵਾਂ ਕਿ ਹੋਰ ਫਲਰਿਸ਼ ਕਰੇ ਔਰ ਆਵਾਮ ਦੀ ਖਿਦਮਤ ਇਸ ਤਰ੍ਹਾਂ ਹੀ ਕਰਦਾ ਰਹੇ ਜਿਸ ਤਰ੍ਹਾਂ ਹੁਣ ਕਰੇ ਹੋਰ ਜ਼ਿਆਦਾ ਕਰੇ ਮਿਹਰਬਾਨੀ ਥੈਂਕ ਯੂ ਸਰ